ਤੋ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਆ ਗਏ ਆ ਖੂਬਸੂਰਤ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਸਾਡੇ ਨਾਲ ਨੇ ਜੀ ਬਹੁਤ ਹੀ ਪਰਸਨੈਲਿਟੀ ਵਾਲੇ ਜਸ਼ਨਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਬਹੁਤ ਵਧੀਆ ਜੀ ਬਹੁਤ ਕਿਵੇਂ ਚੱਲਦਾ ਕਾਰੋਬਾਰ ਜੀ ਬਸ ਜੀ ਬਹੁਤ ਵਧੀਆ ਚੱਲਦਾ ਜੀ ਹਾਂਜੀ ਸੋਹਣੇ ਸੋਹਣੇ ਕੋਟ ਪੈਂਟ ਹਰੇਕ ਵੀਰ ਜਿਹੜੇ ਸਾਡੇ ਨੌਜਵਾਨ ਬੰਦੇ ਨਾਲ ਆਪਣੇ ਵੀਰ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਹਿੰਦੇ ਕਿਤੇ ਵੀ ਅਸੀਂ ਵਿਆਹ ਸ਼ਾਦੀ ਤੇ ਜਾਂਦੇ ਨਾ ਸਭ ਤੋਂ ਪਹਿਲਾਂ ਸਾਨੂੰ ਆਪਣੀ ਪਰਸਨੈਲਿਟੀ ਦੀ ਟੈਨਸ਼ਨ ਪੈ ਜਾਂਦੀ ਆ ਖਾਸ ਕਰਕੇ ਵੀਰ ਜਿਹੜੇ ਸਰਦਾਰ ਵੀਰ ਨੇ ਸਾਡੇ ਕਹਿੰਦੇ ਚੀਜ਼ ਉਹ ਲਈਏ ਜਿੰਨਾ ਪੱਗ ਮੈਚਿੰਗ ਟਰਬਨ ਮੈਚਿੰਗ ਹੋ ਜਾਵੇ ਬਹੁਤ ਹੀ ਕਿਉਂਕਿ ਵਿਆਹ ਵਿੱਚ ਹਰ ਕੋਈ ਬਦਲਾ ਕਹਿੰਦਾ ਮੈਂ ਲਾ ਕੇ ਦਿਖਾਂ ਕਿਉਂ ਬਿਲਕੁਲ ਜੀ ਬਿਲਕੁਲ ਤਾਂ ਆਪਣੇ ਕੋਲ ਕੀ ਹੈ ਕਿ ਖਾਸ ਤੋਹਫੇ ਲੈ ਕੇ ਆਏ ਹੋ ਆਪਣੇ ਕੋਲ ਸਰ ਕੋਟ ਪੈਂਟ ਹੈਗੇ ਆ ਕੋਟ ਪੈਂਟ ਅੱਜ ਦੀ ਜਿਹੜੀ ਵੀਡੀਓ ਬੜੀ ਧਮਾਕੇਦਾਰ ਹੋਊਗੀ ਕਿਉਂਕਿ ਵਿਆਹ ਸ਼ਾਦੀ ਆ ਚੁੱਕੇ ਨੇ ਨਵੇਂ ਨਵੇਂ ਕੋਟ ਪੈਂਟ ਦੇ ਡਿਜ਼ਾਈਨ ਵੀ ਆ ਚੁੱਕੇ ਨੇ ਜੀ ਮੈਂ ਮਨਦੀਪ ਸਿੰਘ ਤੁਹਾਡੇ ਨਾਲ ਫੇਰ ਜੁੜ ਗਿਆ ਜੀ ਖੂਬਸੂਰਤੀ ਵਿੱਚ ਜੇ ਤੁਹਾਡਾ ਵਾਅਦਾ ਕਰਨਾ ਵੱਡੇ ਵੱਡੇ ਸਿੰਗਰ ਆਰਟਿਸਟ ਜ਼ਰੂਰ ਇੱਥੇ ਗੇੜਾ ਮਾਰ ਕੇ ਜਾਂਦੇ ਨੇ ਸਟਾਈਲ ਪਹਿਲਾਂ ਤਾਂ ਚੀਜ਼ਾਂ ਦੇਖੋ ਜੀ ਮੂੰਹੋਂ ਬੋਲਦੀਆਂ ਆ ਇਹ ਜਿਹੜੀ ਚੀਜ਼ ਹੈ ਨਾ ਇਹਨਾਂ ਦੀ ਤਾਰੀਫ ਕਰਨ ਦੀ ਬਾਲੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੇ ਚੀਜ਼ਾਂ ਖਰੀਆਂ ਪਾਉਂਦੇ ਨੇ ਉਹਨਾਂ ਨੂੰ ਖਰੀ ਚੀਜ਼ ਦਾ ਪਤਾ ਆ ਨਾਲ ਦੇਖੋ ਜੀ ਵਾਹ ਬਈ ਵਾਹ ਵਾਹ ਕਮਾਲ ਆ ਜੀ ਇਹ ਜਿਹੜੀਆਂ ਚੀਜ਼ਾਂ ਨਾ ਅਸੀਂ ਵੱਡੇ ਵੱਡੇ ਜਿੱਦਾਂ ਆਉਂਦੇ ਆ ਜਾਂ ਵੱਡੇ ਵੱਡੇ ਆਰਟਿਸਟ ਆਏ ਹੁੰਦੇ ਆ ਕਿਸੇ ਫਿਲਮ ਦੀ ਓਪਨਿੰਗ ਕਰਨੀ ਹੁੰਦੀ ਤਾਂ ਅੱਦਾਂ ਦੀਆਂ ਟਾਰਾਂ ਖਿੱਚੀਆਂ ਹੁੰਦੀਆਂ ਉਹਨਾਂ ਨੇ ਤੋ ਅੱਜ ਵੀ ਤੁਹਾਡੀ ਟੌਰ ਪੂਰੀ ਬਣਾਵਾਂਗੇ ਤੋ ਜਸ਼ਨਪ੍ਰੀਤ ਸਿੰਘ ਜੀ ਇੱਕ ਵਾਰੀ ਦੁਕਾਨ ਦੀ ਲੋਕੇਸ਼ਨ ਦੱਸੋ ਤਾਂ ਕਿ ਸਾਡੇ ਵੀਰ ਜਿੰਨੇ ਵੀ ਆ ਸਕਣ ਤੁਹਾਡੀ ਦੁਕਾਨ ਤੇ ਇਹ ਬਾਬਾ ਥਾਨ ਸਿੰਘ ਚੌਂਕ ਸਮਰਾਲਾ ਚੌਂਕ ਦੇ ਕੋਲ ਮਿਡਾਸ ਫੈਸ਼ਨ ਵਰਲਡ ਸ਼ੋਪ ਦਾ ਨਾਮ ਹੈ ਜੀ ਦੁਕਾਨ ਦਾ ਨਾਮ ਕੀ ਹੈ ਜੀ ਮਿਡਾਸ ਫੈਸ਼ਨ ਵਰਲਡ ਜੀ ਮਿਡਾਸ ਫੈਸ਼ਨ ਵਰਲਡ ਦਾ ਮਤਲਬ ਇਹ ਆ ਕਿ ਵਰਲਡ ਤੋਂ ਸੋਹਣੀਆਂ ਚੀਜ਼ਾਂ ਅਸੀਂ ਸਾਹਮਣੇ ਰੱਖੀਆਂ ਹੋਈਆਂ ਇੱਥੇ ਬਿਲਕੁਲ ਜੀ ਬਿਲਕੁਲ ਬਲੈਕ ਕੋਟ ਪੈਂਟ ਆ ਜਿਹੜਾ ਕਿ ਸ਼ਾਹਰੂਖ ਖਾਨ ਨੇ ਪਾਇਆ ਹੋਇਆ ਨਾ ਜ਼ਿਆਦਾਤਰ ਆ ਲਓ ਜੀ ਕਲਰ ਦੇਖੋ ਸਭ ਤੋਂ ਪਹਿਲਾਂ ਤਾਂ ਬਲੈਕ ਨਹੀਂ ਹੈਗਾ ਹਲਕਾ ਜਿਹਾ ਪਰਪਲ ਸ਼ੇਡ ਮਾਰਦਾ ਆ ਮੈਚਿੰਗ ਬੜੀ ਖੂਬਸੂਰਤ ਆ ਤੋ ਬਾਕੀ ਇਹ ਜਿਹੜੀਆਂ ਖੂਬਸੂਰਤ ਚੀਜ਼ਾਂ ਇਹ ਤੁਸੀਂ ਜਸ਼ਨਪ੍ਰੀਤ ਜੀ ਕਿੱਥੋਂ ਲੈ ਕੇ ਆਉਂਦੇ ਹੋ ਇਹ ਸਾਰੀ ਜੀ ਆਪਣੀ ਮੈਨੂਫੈਕਚਰਿੰਗ ਹੈਗੀ ਆ ਹਾਂਜੀ 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 ਤੋ ਇੱਥੇ ਉਹ ਕੰਮ ਨਹੀਂ ਹੈਗਾ ਜੀ ਉੱਥੋਂ ਚੀਜ਼ ਚੱਕੀ ਤੇ ਇੱਥੇ ਦੇ ਨਹੀਂ ਬਿਲਕੁਲ ਜੀ ਬਿਲਕੁਲ ਸਾਰੀ ਆਪਣੀ ਆਪਣੀ ਜੀ ਬਣਦੀ ਆ ਜਿਹੜੀ ਚੀਜ਼ ਨਾ 5000 ਦੀ ਪੈਂਦੀ ਆ ਜਿਹੜੀ ਅੱਗੇ ਜਾ ਕੇ ਉਹ ਤੁਹਾਨੂੰ 10000 ਚ ਪੈਂਦੀ ਆ ਸਿੱਧਾ ਡਾਇਰੈਕਟ ਫੈਕਟਰੀ ਤੋਂ ਮਾਲ ਆਊਗਾ ਜੀ ਕੋਈ ਓਲਾ ਨਹੀਂ ਤੇ ਕੋਈ ਵਿਚੋਲਾ ਨਹੀਂਗਾ ਜੀ ਆਹੀ ਆਰਟੀਕਲ ਹੁਣ 20 23000 ਦੇ ਵਿੱਚ ਮਿਲਦੀ ਹੈ ਬਾਜ਼ਾਰ ਇੱਕ ਥਾਨ ਸਿੰਘ ਚੌਂਕ ਆ ਜੀ ਮਿਡਾਸ ਫੈਸ਼ਨ ਵਰਲਡ ਬੱਲੇ ਬੱਲੇ ਚੀ ਸ਼ੇਰਵਾਨੀ ਦੀ ਡਿਜ਼ਾਈਨ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਇਦਾਂ ਲੱਗੂਗਾ ਕੋਈ ਕਿਤੇ ਮਹਾਰਾਜਾ ਪਟਿਆਲਾ ਖੜਿਆ ਜੀ ਦੇਖੋ ਬਟਨ ਸਟਾਈਲ ਦੇਖੋ ਇਹਨਾਂ ਦੀ ਸਟਿਚਿੰਗ ਆ ਨਾ ਜਿਹੜੀ ਇਦਾਂ ਲੱਗਦਾ ਆ ਜਿੱਦਾਂ ਕਿ ਸਿਲਾਈ ਨਹੀਂ ਹੋਇਆ ਖਾਲੀ ਆ ਦੇਖੋ ਜੀ ਸਟਿਚਿੰਗ ਕਿੰਨੀ ਪਿਆਰੀ ਆ ਤੇ ਇਹ ਇੱਕ ਚੀਜ਼ ਦੇਖੋ ਕਲਰ ਹੀ ਬੜੇ ਬਾਕਮਾਲ ਆ ਜੀ ਇਸੇ ਪੱਪਾ ਜਿਹੜੀ ਕਿ ਇਹਨਾਂ ਦੇ ਪ੍ਰਾਈਸ ਵਗੈਰਾ ਕੀ ਹੋਣਗੇ ਜੀ ਬਹੁਤ ਹੀ ਪਿਆਰੀਆਂ ਸ਼ੇਰਵਾਨੀਆਂ ਨੇ ਜੀ ਬਹੁਤ ਹੀ ਪਿਆਰੀਆਂ ਇੰਡੋ ਵੈਸਟਰਨ ਸਰ 7000 ਤੋਂ ਸ਼ੁਰੂ ਹੋ ਜਾਣਗੇ ਇਹ ਆਰਟੀਕਲ ਹਾਂਜੀ ਹਾਂਜੀ 7000 ਤੋਂ ਕਹਿੰਦੇ ਸ਼ੁਰੂ ਹੋ ਜਾਣੇ ਆ ਬਹੁਤ ਹੀ ਪਿਆਰਾ ਇੰਡੋ ਵੈਸਟਰਨ ਆ ਮਜ਼ਾ ਆਜੂਗਾ ਅੱਜ ਦੀ ਵੀਡੀਓ ਦੇਖ ਕੇ ਤੋਂ ਲੈ ਚੱਲਦੇ ਆ ਨਾਲ ਖੂਬਸੂਰਤ ਸਾਡੀ ਵੀਡੀਓ ਬਸ ਵੀਡੀਓ ਦੇ ਨਾਲ ਜੁੜੇ ਰਹੋ ਸਾਡੀ ਵੀਡੀਓ ਨਾ ਕਿਤੇ ਸਕਿਪ ਕਰਿਓ ਕਿਉਂਕਿ ਆ ਜਿਹੜੀਆਂ ਚੀਜ਼ਾਂ ਨੇ ਖੂਬਸੂਰਤ ਆ ਵਿਆਹ ਸ਼ਾਦੀ ਵਿੱਚ ਜਾਣ ਲਈ ਤਿਆਰ ਹੋ ਜਾਓ ਕਿਤੇ ਨੈਟ ਤੇ ਸਰਚ ਮਾਰਨ ਦੀ ਲੋੜ ਨਹੀਂ ਵੀ ਦੇਖੀਏ ਸਭ ਤੋਂ ਵਧੀਆ ਕੋਟ ਪੈਂਟ ਕਿੱਥੇ ਪਿਆ ਮੈਂ ਕਹਿੰਦਾ ਅੱਜ ਭਾਈ ਗੁਰਮੀਤ ਸਿੰਘ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਸ਼ੁਕਰ ਮਾ ਲੱਗਦਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੀ ਪਰਸਨੈਲਿਟੀ ਬੜੀ ਸੋਹਣੀ ਲੱਗੀ ਸਾਨੂੁੱਕ ਵਾਈਜ਼ ਵੀ ਤਾਂ ਉਦਾਂ ਵੀ ਬਹੁਤ ਟੌਰ ਆ ਜੀ ਤੁਹਾਡੀ ਸ਼ੁਕਰ ਹੈ ਜੀ ਮਾ ਲੱਗਦਾ ਜੀ ਤਾਂ ਭਾਈ ਦੇ ਕੋਟ ਪੈਂਟ ਦੀ ਟੌਰ ਆ ਉਦਾਂ ਇਹਨਾਂ ਦੀ ਪਰਸਨੈਲਿਟੀ ਵੀ ਟੌਰ ਆ ਬਹੁਤ ਹੀ ਪਿਆਰੀ ਲੁੱਕ ਦੇ ਨਾਲ ਇੱਕ ਨਵਾਂ ਆਰਟੀਕਲ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੀ ਇਹ ਹੈ ਜੀ ਮਾਨੇਵਰ ਦਾ ਆਰਟੀਕਲ ਮਾਨੇਵਰ ਦਾ ਜੀ ਸੈਲਫ ਚ ਜੇ ਤੁਸੀਂ ਆਹੀ ਆਊਟਲੈਟ ਤੋਂ ਲਓਗੇ ਸੇਮ ਤੁਹਾਨੂੰ 25 ਤੋਂ 30000 ਦਾ ਆਰਟੀਕਲ ਮਿਲਦਾ ਸੇਮ 25 ਤੋਂ 30000 ਰੁਪਏ ਹਾਂਜੀ ਔਰ ਇਹ 3 ਪੀਸ ਹੈ ਜੀ ਇੰਪੋਰਟਡ ਫੈਬਰਿਕ ਚ ਔਰ ਸੈਲਫ ਚ ਬਿਲਕੁਲ ਇਹਨੇ ਸੋਹਣੇ ਸੋਹਣੇ ਫੈਬਰਿਕ ਆ ਇੰਪੋਰਟਡ ਇਹ ਇੰਪੋਰਟਡ ਫੈਬਰਿਕ ਹੈ ਜੀ ਸਪੈਸ਼ਲੀ ਇਹਨਾਂ ਨੂੰ ਲੱਭ ਕੇ ਸਮਰ ਚ ਸਾਡਾ ਇਹੀ ਕੰਮ ਹੁੰਦਾ ਸੀ ਇਹੀ ਚੀਜ਼ਾਂ ਤਲਾਸ਼ ਕਰਨੀਆਂ ਜੀ ਕੀ ਬਾਤ ਹੈ ਇਹਨਾਂ ਨੂੰ ਤਰਾਸ਼ ਤਰਾਸ਼ ਕੇ ਬਣਾਉਣਾ ਕਸਟਮਰ ਵਾਸਤੇ ਹੈ ਜੀ ਕੀ ਬਾਤ ਹੈ ਜਿਹੜਾ ਪਾਵੇ ਬਾਜੀ ਰਾਜੀ ਜਾਵੇ ਜੀ ਤੁਹਾਡਾ ਹੀ ਗੁਣ ਗਾਵੇ ਰਾਜੀ ਜਾਵੇ ਜੀ ਤੋ ਇੱਕ ਵਾਰੀ ਸਾਡੇ ਜਿਹੜੇ ਭਰਾ ਨਾ ਸਾਨੂੰ ਕਹਿੰਦੇ ਹੁੰਦੇ ਵੀ ਸਾਨੂੰ ਲੋਕੇਸ਼ਨ ਦੱਸ ਦਿਓ ਕਿਉਂਕਿ ਬੜੇ ਕਾਲੇ ਹੁੰਦੇ ਨੇ ਕਿ ਸਾਡੀ ਟਾਰ ਨਿਕਲੇ ਇਹ ਜੀ ਆਪਣਾ ਮੇਨ ਸ਼ਿੰਗਾਰ ਥੀਏਟਰ ਰੋਡ ਬਾਬਾ ਥਾਨ ਸਿੰਘ ਚੌਂਕ ਆਪੋਜ਼ਿਟ ICICI ਬੈਂਕ ਹਾਂਜੀ ਉਹਦੇ ਸਾਹਮਣੇ ਆਈ ਦੁਕਾਨ ਦਾ ਨਾਮ ਜੀ ਮਿਡਾਸ ਫੈਸ਼ਨ ਵਰਲਡ ਜੀ ਵਾਕਈ ਛਾਗੇ ਨੇ ਚੀਜ਼ਾਂ ਲੱਗ ਨੇ ਜੀ ਬਹੁਤ ਅਲੱਗ ਚੀਜ਼ਾਂ ਦਿਖਾਵਾਂਗੇ ਅੱਜ ਦੀ ਜਿਹੜੀ ਵੀਡੀਓ ਹੋਗੀ ਖਾਸ ਭਰਾਵਾਂ ਵਾਸਤੇ ਨਵੇਂ ਆਰਟੀਕਲ ਸਪੈਸ਼ਲ ਇਹ ਸਪੈਸ਼ਲ ਦੁੱਲੇ ਵਾਸਤੇ ਹੁੰਦਾ ਜੀ ਸੂਟ ਦੁੱਲੇ ਵਾਸਤੇ ਜਾਂ ਦੁੱਲੇ ਦੇ ਬ੍ਰਦਰ ਵਾਸਤੇ ਜੀ ਸਟਫ ਦੇਖੋ ਕਲਾਕਾਰੀ ਦੇਖੋ ਜੀ ਉੱਪਰ ਐਕਸੈਸਰੀ ਵਿਦ ਸਾਰੇ ਇਹ ਬ੍ਰੋਕਡ ਫੈਬਰਿਕ ਹੈ ਜੀ ਬ੍ਰੋਕਡ ਫੈਬਰਿਕ ਹੈ ਜੀ ਠੀਕ ਹੈ ਜੀ ਇਹਦੇ ਤੇ ਜਿਹੜਾ ਪ੍ਰਿੰਟ ਹੈ ਇਹਦੇ ਜਿਵੇਂ ਹੈਂਡ ਵਰਕ ਹੋਇਆ ਹੁੰਦਾ ਸਾਰਾ ਵਾਕਈ ਸਹੀ ਗੱਲ ਹੈ ਤਾਂ ਭਾਜੀ ਇਹਦਾ ਪ੍ਰਾਈਸ ਹੋਊਗਾ 25 ਤੋਂ ਲੈ ਕੇ 30000 ਤੱਕ ਦਾ ਹੋਊਗਾ ਨਹੀਂ ਵੀਰ ਜੀ ਆਪਣੇ ਵਾਸਤੇ ਸਿਰਫ ਹੈ ਸਿਰਫ 8850 ਰੁਪਏ ਦਾ ਜੀ 8950 ਰੁਪਏ ਦਾ ਬਸ 2000 ਰੁਪਏ ਦੇ ਵਿੱਚ ਤਾਂ ਵੀਰੋ ਚੱਕ ਲਓ ਮੋਟਰਸਾਈਕਲ ਕਾਲੀ ਨਹੀਂ ਕਰਨੀ ਹੌਲੀ ਹੌਲੀ ਆ ਜਾਓ ਭਾਵਾਂ ਦੁਕਾਨ ਇੱਥੇ ਜਾਂ ਕਿਤੇ ਨਹੀਂ ਜਾਣੀ ਹੈਗੀ
बिलकुल जी बिलकुल मेनू नहीं लगता कि लुधियाने शहर होर भी मिल जूगी। हां देखो जी बास्केट का आर्टिकल बहुत वधिया हुंदा साल बाद भी कुछ भी कोई फाट पैंदा कुछ होंदा उंदे असीं जिम्मेवार होवांगे। एक क्वालिटी है जी तो नजारा आ गया। आ जिहड़े कोट पैंट ना बहुत ही स्टाइलिश चीजां वट्टे इक होर आ गया जी मानेवर दा आर्टिकल जी भाजी साइज़ ते जिदा हुण इह वड्डा छोटा होंगे सारे साइज मिल जाणगे जी 34 तो लैके 44 साइज तक मिल जाएगा जी। बाकी फिर कस्टमाइज होंगे जी। क्या बात है, इक आ स्टफ ओही आ डिजाइन देखो सब तो पहला ता जी इह मल्टी प्रिंट च आ गया जी। चीजां बहुत खरियां ने अलग डिफरेंट आ डिफरेंट चीज कॉलर स्टाइल सारा कुछ यानी कि ना तुसी ये कह नहीं सकते यार ये नाल दा पीस उठे लग्या सी मैं कहना सवाल ही नहीं पैदा होंगे। फैब्रिक कंपोनेंट फैब्रिक आ सिर्फ तुहाडी सेवा वास्ते हुंदे कि जिहड़ा भी भाई आवे साडा वीर आवे क्योंकि उहदी टार होनी चाहीदी ब्याह दे विच। बंदा कहंदा ब्याह एक बारी करवाउणा आ जे एक बारी ब्याह दे विच टार ना होई मजा आ जूगा। आर्टिकल होर भी बहुत सोहणे सोहणे आ बहुत सोहणे जी। बाकी शहर विच कहर पाती लो जी सेम टू सेम आ मेनू नहीं लगता कि पूरा व्याह देखी जाऊगा हले कहना लाला लाड़ी को छोड़ो ਪਹਿਲਾਂ ਆ ਜਿਹੜਾ ਮੁੰਡਾ ਲਾਈਨਿੰਗ ਕੋਟ ਪੈਂਟ ਪਾ ਕੇ ਘੁੰਮਦਾ ਪੈਣਾ ਇਹ ਤੁਹਾਨੂੰ ਦੇਖੋ ਕਿ ਆ ਹਰੇਕ ਨੇ ਕਹਿਣਾ ਜਾਂ ਕੋਈ ਆਰਟਿਸਟ ਆ ਜਾਂ ਕੋਈ ਐਕਟਰ ਆ ਤਾਂ ਵਾਕਈ ਇਹਨਾਂ ਦੀ ਖੂਬਸੂਰਤੀ ਵਧਾਉਣ ਵਾਸਤੇ ਸਭ ਤੋਂ ਪਹਿਲਾਂ ਭਾਜੀ ਹੁਣਾਂ ਦਾ ਹੱਥ ਆ ਜੀ। ਬਹੁਤ ਵਧੀਆ ਸਟਾਈਲਿਸ਼ ਚੀਜ਼ਾਂ ਤੇ ਇਹਦੇ ਵਿੱਚ ਭਾਜੀ ਕਲਰ ਵਗੈਰਾ ਸਾਰੇ ਮਿਲ ਜਾਣਗੇ ਜੀ। ਸਾਰੇ ਕਲਰ ਮਿਲ ਜਾਣਗੇ ਜੀ ਮੋਸਟਲੀ। ਅੱਛਾ ਜੀ ਇਹਦੇ 'ਚ ਇੱਕ ਹੋਰ ਆਰਟੀਕਲ ਦਿਖਾ ਦੇ ਰਿਹਾ। ਆਰਟੀਕਲ ਬੜੇ ਨੇ ਵੀਡੀਓ ਬਾਅਦ ਦੇਖਣੀ ਵੱਧ ਵੱਧ ਸ਼ੇਅਰ ਕਰਨੀ ਹੈ ਜੀ। ਆ ਦੇਖੋ ਲੋ ਜੀ ਇਹ ਵੀ 2 ਪੀਸ ਹੈ ਜੀ ਡਬਲ ਪ੍ਰੈਸ 'ਚ ਫੈਬਰਿਕ ਸਾਰਾ ਇੰਪੋਰਟਡ ਆ ਜੀ। वाकई ਇੱਕ ਬਾ ਕਮਾਲ ਕਲਰ ਮੈਚਿੰਗ ਦੇਖੋ ਜੀ ਕਿੰਨੀ ਸੋਹਣੀ ਮੈਚਿੰਗ ਆ। ਮੈਚਿੰਗ ਦੇਖੋ ਕਿੰਨੀ ਜ਼ਬਰਦਸਤ ਆ ਜੀ। ਇਹਦੇ ਨਾਲ ਰੋਇਲ ਬਲੂ ਪੈਂਟ ਹੈ ਜੀ ਰੋਇਲ ਬਲੂ ਹੀ ਬਾਸਕਟ ਹੈ। ਅੱਛਾ ਜੀ ਠੀਕ ਹੈ ਡਾਰਕ ਕਲਰ ਦਾ ਉੱਪਰ ਹੈ ਇਹਦਾ। ਕੀ ਬਾਤ ਔਰ ਕੰਬੀਨੇਸ਼ਨ ਬਹੁਤ ਹੀ ਅੱਛਾ ਵੇਅਰ ਕਿਤੇ ਦੀ ਇਹਦੀ ਡਬਲ ਗ੍ਰੇਸ ਹੈ। ਬਾਜੀ ਟਾਰ ਨਿਕਲ ਜਿੰਨਾ ਇਦਾਂ ਸੋਹਣਾ ਲੱਗਦਾ ਜਦੋਂ ਅਸੀਂ ਵੇਅਰ ਕਰਦੇ ਆਂ ਦੀ ਡਬਲ ਗ੍ਰੇਸ ਹੋ ਜਾਂਦੀ। ਮਜ਼ਾ ਆ ਜਾਂਦਾ ਜੀ ਮਜ਼ਾ ਆ ਜਾਂਦਾ ਦੇਖੋ ਨਾਲ ਅਕਸੈਸਰੀ ਵੀ ਹਰੇਕ ਪੀਸ ਦੇ ਨਾਲ ਆ ਭਾਈ ਕੀ ਰੇਟ ਆ ਪੀਸ ਦਾ ਇਹ 66 ਜੀ 600 ਸਾਡੇ ਨਾਲ ਵੀਰ ਆਉਂਦੇ ਆ ਕਿ ਮੋਕੇ ਤੋਂ ਉਹ ਸਾਨੂੰ ਇੱਥੇ ਕੋਟ ਪੈਂਟ ਲੱਗ ਗਏ ਸੀ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਯਾਰ ਚੀਜ਼ਾਂ ਬਹੁਤ ਲੱਗ ਨੇ ਤੁਸੀਂ ਉੱਥੇ ਜਾਓ। ਉਹ ਭਾਜੀ ਹੁਣੇ ਬਾਹਰੋਂ ਨੇ ਇੰਗਲੈਂਡ ਤੋਂ ਆਏ ਸੀਗੇ ਤੋਂ ਇੰਗਲੈਂਡ ਵਾਲੇ ਜਿਹੜੇ ਹੈਗੇ ਨਾ ਵੱਡੀਆਂ ਵੱਡੀਆਂ ਮਾਰਕੀਟਾਂ 'ਚ ਜਾਂਦੇ ਕਿਉਂਕਿ ਪੈਸਾ ਵਾਹਵਾ ਕਮਾਇਆ। ਉਹ ਕਹਿੰਦੇ ਅਸੀਂ ਵੱਡੀ ਵੱਡੀ ਬਾਜ਼ਾਰ ਕਰੀਮਪੁਰਾ ਬਾਜ਼ਾਰ ਫੀਲਡਗੰਜ ਹੈ ਇੱਥੇ ਦਾ ਜਿਹੜਾ ਮੇਨ ਬਾਜ਼ਾਰ ਆ ਘੁਮਾਰ ਮੰਡੀ ਸਾਰਾ ਅਸੀਂ ਗਾਹ ਕੇ ਆ ਗਏ ਕਹਿੰਦਾ ਸਾਨੂੰ ਇਹਦੇ ਨਾਲ ਦੀ ਚੀਜ਼ ਨਹੀਂ ਮਿਲੀ ਤੋਂ ਇੱਥੋਂ ਲੈ ਕੇ ਗਏ ਆ ਜੀ। ਤੁਹਾਨੂੰ ਲੋਕੇਸ਼ਨ ਅਸੀਂ ਤਾਂ ਹੀ ਦੱਸਦੇ ਪਏ ਆ ਬਾਰ ਬਾਰ ਤਾਂ ਕਿ ਹਰ ਵੀਰ ਕਵੇ ਉਹਦਾ ਟਾਵਰ ਨਿਕਲ ਜਾਵੇ ਸ਼ਿੰਗਾਰ ਸਿਨੇਮਾ ਰੋਡ ਤੇ ਆ ਜੀ। ICICI ਬੈਂਕ ਆ ਜੀ ਬਾਬਾ ਥਾਨ ਸਿੰਘ ਚੌਂਕ ਦੇ ਬਿਲਕੁਲ ਸਾਹਮਣੇ ਆ ਜੀ। ਦੁਕਾਨ ਦਾ ਨਾਮ ਭਾਜੀ ਮਿਡਾਸ ਫੈਸ਼ਨ ਵਰਲਡ ਜੀ। ਮਿਡਾਸ ਫੈਸ਼ਨ ਵਰਲਡ ਦਾ ਦੇਖੋ ਚੀਜ਼ ਆਪੇ ਬੋਲਦੀ ਆ ਜਿਹੜੀਆਂ ਖੂਬਸੂਰਤ ਚੀਜ਼ਾਂ ਨੇ ਨਾ ਇਹਨਾਂ ਦੀ ਤਾਰੀਫ ਜਿੰਨੀ ਹੋ ਜਾਏ ਉਨੀ ਥੋੜੀ ਆ। ਕਾ ਜੀ ਦੇਖੋ ਜੀ ਵਾਕਈ ਤੁਹਾਨੂੰ ਇਦਾਂ ਲੱਗੂਗਾ ਲੈ ਵੀ ਕਿਸੇ ਨਾ ਕਲਾਕਾਰ ਦੇ ਕਿਤੇ ਕੱਪੜੇ ਲਾਏ ਹੋਏ ਆ ਤਾਂ ਕਲਾਕਾਰ ਤੁਸੀਂ ਵੀ ਬਣ ਸਕਦੇ ਹੋ ਤੁਸੀਂ ਵੀ ਬਣ ਸਕਦੇ ਹੋ ਕਲਾਕਾਰ।
ਤੁਹਾਡੇ ਆਪਣੇ ਹੀ ਸ਼ਹਿਰ ਲੁਧਿਆਣੇ ਵਿੱਚ ਬਾਬਾ ਥਾਨ ਸਿੰਘ ਚੌਂਕ ਦੇ ਕੋਲ ਕਲਰ ਜਿੰਨੇ ਕਹੋਗੇ ਉਹਨੇ ਜੀ। ਆਹ ਦੇਖੋ ਪੂਰੀ ਮਹਾਰਾਜਾ ਪਟਿਆਲੇ ਵਰਗੀ ਫਿਲਮ ਗਾਊਗੀ। ਹਰ ਕੋਈ ਬੰਦਾ ਕਹੂਗਾ ਯਾਰ ਵਿਆਹ ਵਾਲਾ ਮੁੰਡਾ ਬੜਾ ਜੱਚਦਾ ਆ, ਤੇ ਵਿਆਹ ਵਾਲੇ ਮੁੰਡੇ ਦੀ ਤਾਰੀਫ ਜਿੰਨੀ ਕਰੂੰਗੇ ਉਨੀ ਹੀ ਥੋੜੀ ਆ। ਵਿਆਹ ਵਾਲੇ ਮੁੰਡੇ ਦੀ ਤਾਰੀਫ ਤਾਂ ਕਰਨੀ ਕਰਨੀ ਆ, ਨਾਲ ਕਰਨੀ ਆ ਭਾਜੀ ਹੁਣਾਂ ਦੀ ਤਾਰੀਫ ਜਿਨ੍ਹਾਂ ਦੇ ਚਾਰ ਚੰਦ ਰਾਂ ਤੇ ਸਭ ਤੋਂ ਪਹਿਲਾਂ ਹੱਥ ਭਾਜੀ ਹੁਣਾਂ ਦਾ ਆ। ਹੋਰ ਵੀ ਬਹੁਤ ਚੀਜ਼ਾਂ ਦਿਖਾਵਾਂਗੇ ਵੀਡੀਓ ਵਿੱਚ, ਤੁਸੀਂ ਬਣੇ ਰਹੋ। ਤੋ ਕਈ ਸਾਡੇ ਭਰਾ ਕਹਿੰਦੇ ਆ ਕੋਟ ਪੈਂਟ ਜਾਨੀ ਕਿ ਜਿੱਦਾਂ ਹੁਣ ਗਰਮੀ ਆ ਗਈ ਆ, ਉਹ ਕਹਿੰਦੇ ਸਾਨੂੰ ਕੋਈ ਹਲਕੀ ਫੁਲਕੀ ਚੀਜ਼ ਮਿਲ ਜਾਵੇ, ਚੀਜ਼ ਮਿਲੇ ਵਧੀਆ। ਗਰਮੀਆਂ ਵਿੱਚ ਸਪੈਸ਼ਲ ਤੋਹਫਾ ਬਣਾਇਆ ਜੀ, ਗੀਜ਼ਾ ਕੋਟਨ ਚ ਕੁੜਤਾ ਔਰ ਨਾਲ ਪੈਂਟ। ਵਾਹ ਬਾਈ, ਕੁੜਤਾ ਪਜਾਮਾ ਨਹੀਂ, ਕੁੜਤਾ ਪੈਂਟ, ਪੈਂਟ ਐਡਜਸਟੇਬਲ ਹੋਏਗੀ, ਨਾਲ ਪਿੱਛੇ ਇਲਾਸਟਿਕ ਵੀ ਹੁੰਦਾ, ਪ੍ਰੋਪਰ 00 ਫਿਟਿੰਗ ਹੈ ਜੀ, ਔਰ ਵਿਦ ਬਾਸਕਟ ਹੈ ਜੀ। ਇਹ ਤਾਂ ਉਹੀ ਫੈਬਰਿਕ ਆ ਗਿਆ ਨਾ ਭਾਜੀ, ਇੰਪੋਰਟਡ ਫੈਬਰਿਕ। ਬ੍ਰੋਕਟ ਬ੍ਰੋਕਟ ਜੀ, ਇਹਦੇ ਨਾਲ ਹੀ ਇੰਡੋ ਵੈਸਟਰਨ ਬੰਦੇ ਆ ਜੀ। ਫੈਬਰਿਕ ਆ ਜੀ, ਕੁੜਤਾ ਪਜਾਮਾ ਨਹੀਂ, ਕੁੜਤਾ ਪੈਂਟ ਕਹਿ ਸਕਦੇ ਹੋ, ਕਿਉਂਕਿ ਆਹ ਜਿਹੜੀ ਚੀਜ਼ ਆ ਨਾ ਮਜ਼ਾ ਆ ਜੂਗਾ ਤੁਹਾਡੇ ਘਰੇ ਜਾਗਰਣ ਆ, ਜਾਂ ਕੋਈ ਹੋਰ ਵੀ ਕੋਈ ਧਾਰਮਿਕ ਪ੍ਰੋਗਰਾਮ ਆ, ਬੰਦਾ ਕਹਿੰਦਾ ਉਹਦੇ ਉੱਤੇ ਕੋਟ ਪੈਂਟ ਨਹੀਂ, ਉਹਦੇ ਉੱਤੇ ਤਾਂ ਆਹੀ ਚੀਜ਼ ਜਗਣੀ ਆ ਜਿਹੜੀ ਮੂੰਹੋਂ ਬੋਲਦੀ ਆ। ਨਾਲ ਜਵੈਲਰੀ ਵੀ ਨਾਲ ਦੇਵਾਂਗੇ ਇਹਨਾਂ ਦੇ, ਰੇਟ ਹੁਣ ਭਾਈ ਹੁਣ ਤਾਂ ਪੁੱਛਦੇ ਆ ਭਾਜੀ ਰੇਟ ਇਹਨਾਂ ਦੇ ਜੀ। ਰੇਟ ਜੀ ਇਹਦਾ 3200 ਤੋਂ ਲੈ ਕੇ 3800 ਦੇ ਵਿੱਚ ਵਿੱਚ ਹੁੰਦਾ ਜੀ, ਆਲ ਓਵਰ ਸੂਟ ਦਾ। ਆਲ ਓਵਰ ਸੂਟ ਆ ਜੀ, ਜਿਹੜੀ ਇਹਦੀ ਪੈਂਟ ਹੋਊਗੀ ਉਹ ਵੀ ਇਸੇ ਕਲਰ ਦੀ ਹੋਊਗੀ? ਹਾਂਜੀ ਹਾਂਜੀ, ਆਲ ਓਵਰ ਹੁੰਦੀ ਜੀ, ਸੇਮ ਕਲਰ ਦੀ ਪੈਂਟ ਹੁੰਦੀ ਹੈ ਜੀ, ਸੇਮ ਇਹਦੇ ਨਾਲ ਦੀ ਹੋਊਗੀ। ਔਰ ਪੈਂਟ ਦੀ ਫਿਟਿੰਗ 3300 ਰੁਪਇਆ, ਪੈਂਟ ਦੀ ਫਿਟਿੰਗ ਬਹੁਤ ਹੀ ਅੱਛੀ ਹੁੰਦੀ ਹੈ ਜੀ। ਇਹ ਨਾਰਮਲ ਕੁੜਤਾ, ਕੁੜਤਾ ਪਜਾਮਾ ਨਹੀਂ, ਕੁੜਤਾ ਪੈਂਟ ਹੈ, ਕੁੜਤਾ ਪੈਂਟ ਆ ਜੀ। ਹਾਂਜੀ, ਉਹ ਇਹਦਾ ਜਿਹੜਾ ਪੈਂਟ ਦਾ ਨਾ ਬਾਟਮ ਦਾ ਕੱਪੜਾ ਬਹੁਤ ਹੀ ਵਧੀਆ ਇਹਦੇ ਨਾਲ ਦਾ ਹੀ ਆ ਜੀ। ਆ ਦੇਖੋ ਜੀ, ਸੇਮ ਕੱਪੜਾ ਹੈਗਾ, ਵਧੀਆ ਕੁੜਤੇ ਪਜਾਮੇ ਦਾ ਕੱਪੜਾ ਸਮਝੋ। ਗੀਜ਼ਾ ਕੋਟਨ ਫੈਬਰਿਕ ਹੈ ਜੀ, ਸਭ ਤੋਂ ਕੋਸਟਲੀ ਫੈਬਰਿਕ ਹੁੰਦਾ ਜੀ, ਵਿਦ ਇਲਾਸਟਿਕ ਹੈ ਜੀ ਪੈਂਟ, ਐਡਜਸਟੇਬਲ ਪੈਂਟ ਹੈ ਜੀ, ਜਿੱਦਾਂ ਮਰਜ਼ੀ ਯੂਜ਼ ਕਰੋ, ਕੋਈ ਇਹਦੀ ਕਲਰ ਕੰਪਲੇਂਟ ਨਹੀਂ, ਕੋਈ ਰੇਜ਼ਿੰਗ ਨਹੀਂ ਆਣੀ ਜੀ ਫੈਬਰਿਕ ਦੇ। ਹਾਂਜੀ, ਡਿਜ਼ਾਈਨ ਬਾਜੀ ਕਿੰਨੇ ਕੁ ਮਿਲ ਜਾਣਗੇ ਆਪਣੇ ਕੋਲ? ਡਿਜ਼ਾਈਨ ਇਹਦੇ ਕਾਫੀ ਹੈ ਜੀ, ਇਹ ਆਉਂਦੇ ਰਹਿੰਦੇ, ਨਾਲ ਨਾਲ ਸੇਲ ਆਊਟ ਹੁੰਦੇ ਰਹਿੰਦੇ ਜੀ। ਹਾਂਜੀ ਬਾਜੀ, ਇਹਨਾਂ ਦਾ 3000 ਤੋਂ ਸ਼ੁਰੂ ਆ ਨਾ ਜੀ, ਤਾਂ 3200 ਤੋਂ ਸਟਾਰਟ ਕਰਕੇ 3800 ਤੱਕ ਚੱਲ ਜਾਂਦੇ ਜੀ, 3200 ਤੋਂ ਲੈ ਕੇ ਯਾਨੀ ਕਿ 4000 ਤੱਕ। ਸੋਹਣੇ ਸੋਹਣੇ ਜਿੱਦਾਂ ਜਿੱਦਾਂ ਤੁਸੀਂ ਗੁੜ ਪਾਈ ਜਾਣਾ, ਆਹ ਦੇਖੋ ਜੀ, ਆਹ ਤਾਂ ਇਦਾਂ ਹੀ ਆ ਜਿੱਦਾਂ ਕਿਤੇ ਕਿਸੇ ਮਿਨਿਸਟਰ ਦਾ ਕੋਟ ਪੈਂਟ ਹੋਵੇ ਜੀ। ਵਾਕਈ ਅਲੱਗ ਚੀਜ਼ਾਂ ਫੀਲਿੰਗ ਕੋਟ ਪੈਂਟ ਵਾਲੀ ਹੋ ਜਾਣੀ ਆ, ਪਰ ਬਲੇਜ਼ਰ ਦੇਖੋ ਕਿੰਨਾ ਖੂਬਸੂਰਤ ਆ ਜੀ, ਵਾਈਟ ਕਲਰ ਦਾ ਥੱਲੇ ਕੁੜਤਾ, ਤੇ ਇਹਨੂੰ ਕੁੜਤਾ ਪਜਾਮਾ ਨਾ ਕਹੋ, ਕੁੜਤਾ ਪੈਂਟ ਕਵਾਂਗੇ ਆਪਾਂ। ਔਰ ਕੁੜਤਾ ਬੈਨ ਕੋਲਰ ਚ ਜੀ, ਸਾਰੇ ਬੈਨ ਕੋਲਰ ਚ ਬਣੇ, ਅੱਜ ਕੱਲ ਕਰੇਜ਼ ਹੀ ਆਂਦਾ, ਬਸ ਟਾਰ ਨਿਕਲ ਜਾਣੀ। ਜਿੰਨੇ ਵੀ ਮੁੰਡੇ ਆਪਣੇ ਪਿੰਡਾਂ ਦੇ ਆਂਦੇ ਆ ਵੀਰੇ, ਪੈਸਾ ਨਾ ਖਰਾਬ ਕਰੋ, ਦੁਕਾਨ ਦੀ ਲੋਕੇਸ਼ਨ ਵੀ ਦੱਸਤੀ, ਨਾਮ ਵੀ ਦੱਸਤਾ। ਇੱਕ ਆ ਦੇਖੋ ਜੀ, ਇੱਕ ਆ ਕਲਰ ਬਹੁਤ ਸੋਹਣਾ ਜੀ, ਓਲਿਵ ਗ੍ਰੀਨ ਸ਼ੇਡ ਹੈ ਜੀ, ਸਿਲਕ ਵਿੱਚ ਕੁੜਤਾ ਆਂਦਾ, ਬਹੁਤ ਹੀ ਪਿਆਰਾ ਫੈਬਰਿਕ ਹੈ ਜੀ, ਕੰਬੀਨੇਸ਼ਨ ਬਹੁਤ ਅੱਛਾ, ਹਰੇਕ ਆਈਟਮ ਦੇ ਨਾਲ ਨਾ ਭਾਈ ਹੁਣਾਂ ਨੇ ਜਵੈਲਰੀ ਲਾਈ ਹੋਈ ਆ, ਮੈਨੂੰ ਆਹ ਚੀਜ਼ ਬਹੁਤ ਵਧੀਆ ਲੱਗੀ। ਇਹ ਕੰਪਲੀਮੈਂਟਰੀ ਹੈ ਜੀ ਭਰਾਵਾਂ ਵਾਸਤੇ, ਸਹੀ ਗੱਲ ਆ ਜੀ, ਜਵੈਲਰੀ ਲੱਗੀ ਬਹੁਤ ਵਧੀਆ, ਹੱਥ ਵਿੱਚ ਪਾਇਆ ਹੋਵੇ ਕੜਾ, ਨਜ਼ਾਰਾ ਹੀ ਆਉਣਾ ਬੜਾ ਵਿਆਹ ਦੇ ਵਿੱਚ, ਹਰੇਕ ਨੇ ਕਹਿਣਾ ਯਾਰ ਪਾਇਆ ਭਾਵੇਂ ਕੁੜਤਾ ਪੈਂਟ ਆ, ਪਰ ਕਿਸੇ ਮਹਾਰਾਜੇ ਨਾਲੋਂ ਘੱਟ ਨਹੀਂ ਫੀਲਿੰਗ ਆਉਂਦੀ। ਬਾਸਕਟ ਥੱਲੀ ਬਾਸਕਟ ਲੈ ਜਾਂਦੇ, ਘੱਟੋ ਘੱਟ 3-4 ਹਜ਼ਾਰ ਦੀ ਬਾਸਕਟ ਹੀ ਆਉਣੀ ਆ, ਤੇ ਇੱਥੇ ਪੂਰਾ ਸੂਟ ਭਾਜੀ ਕਿੰਨੇ ਦਾ ਦੇ ਰਹੇ ਹੋ? ਇਹ 3200 ਤੋਂ ਲੈ ਕੇ ਜੀ 3850 ਰੁਪਏ ਤੱਕ ਹੈ ਜੀ। ਵਾਹ ਵੀ ਵਾਹ, ਬਸ ਵੀਡੀਓ ਵਿੱਚ ਬਣੇ ਰਹੋ। ਇੱਕ ਆ ਲਾਸਟ ਪੀਸ ਆ ਜੀ, ਲਾਸਟ ਆਰਟੀਕਲ ਆ, ਲੋ ਜੀ ਬਲੈਕ ਕਲਰ ਜੀ, ਆਲ ਓਵਰ ਬਲੈਕ ਆ ਗਿਆ ਜੀ, ਬਲੈਕ ਦੀ ਤਾਂ ਟੌਰ ਹੀ ਵੱਖਰੀ ਆ। ਮਜ਼ਾ ਆ ਗਿਆ, ਮਜ਼ਾ ਆ ਗਿਆ, ਮਜ਼ਾ ਆ ਗਿਆ। ਲੁਧਿਆਣੇ ਦੇ ਥਾਨ ਸਿੰਘ ਚੌਂਕ, ਬਾਬਾ ਥਾਨ ਸਿੰਘ ਚੌਂਕ ਆ ਜੀ, ਉੱਥੇ ਹੀ ਆ ਜੀ ਮਿਡਾਸ ਫੈਸ਼ਨ ਵਰਲਡ। ਖੂਬਸੂਰਤ ਚੀਜ਼ਾਂ ਜੇ ਤੁਸੀਂ ਲੈਣੀਆਂ ਤੇ ਤੁਹਾਨੂੰ ਇੱਥੇ ਆਉਣਾ ਪੈਣਾ, ਗੱਲਾਂ ਦਾ ਪਕੌੜੇ ਵੀ ਬਣਾਉਣੇ, ਖਾਲੀ ਇੱਕ ਵਾਰੀ ਵਰਾਇਟੀ ਦੇਖਣ ਆਉਂਗੇ ਨਾ, ਵਰਾਇਟੀ ਦੇਖਦੇ ਤੇ ਇਹਦੇ ਤੁਸੀਂ ਬੜਾ ਕੁਝ ਲੈ ਜਾਣਾ। ਅੱਛਾ, ਫੈਬਰਿਕ ਵੀ ਹੈਗੇ ਆ? ਫੈਬਰਿਕ ਜੀ ਬਹੁਤ ਮਿਲ ਜਾਣਗੇ ਜੀ, ਕੁੜਤੇ ਪਜਾਮਿਆਂ ਦੇ ਫੈਬਰਿਕ ਮਿਲ ਜਾਣਗੇ, ਇੰਡੋ ਵੈਸਟਰਨ ਦੇ ਬ੍ਰੋਕਡ ਸੂਟਿੰਗ, ਹਰ ਤਰ੍ਹਾਂ ਦਾ ਫੈਬਰਿਕ ਮਿਲੇਗਾ। ਵੀਰ ਜੀ ਤਾਂ ਕਹਿੰਦੇ ਆ, ਕਹਿੰਦੇ ਯਾਰ ਕੁੜਤਾ ਪਜਾਮਾ ਇੱਕ ਇੱਧਰ ਕੁੜਤਾ ਪੈਂਟ ਸਵਾਣੀ ਆ, ਕਿੰਨੀ ਦੇਰ ਤੱਕ ਹੋ ਜਾਊਗਾ ਸਵਾਈ ਜਿੱਦਾਂ ਹੁਣ ਸਾਰਾ ਓਕੇ ਕਰ ਗਿਆ ਕੱਪੜਾ? ਟਾਈਮਿੰਗ ਦੇ ਉੱਤੇ ਜਿੱਦਾਂ ਸੀਜ਼ਨ ਫਾਸਟ ਹੁੰਦਾ ਹੈ, ਫਿਰ ਤਾਂ ਮਹੀਨੇ ਮਹੀਨੇ ਦਾ ਟਾਈਮ ਵੀ ਲੱਗਦਾ ਜੀ, ਫਿਲਹਾਲ ਹਫਤੇ 10 ਦਿਨ ਦੇ ਵਿੱਚ ਅੱਛਾ ਤੁਹਾਨੂੰ ਸੂਟ ਪੇਅਰ। ਤੋ ਕਹਿੰਦੇ ਆਹ ਚੀਜ਼ਾਂ ਬਹੁਤ ਹੀ ਪਿਆਰੀਆਂ ਮਿਲ ਜਾਣਗੀਆਂ, ਸਾਈਜ਼ ਜਿਹੜਾ ਤੁਸੀਂ ਮਰਜ਼ੀ ਕਹੋਗੇ, ਕਦੇ ਮੀਡੀਅਮ ਸਾਈਜ਼ ਤੋਂ ਲੈ ਕੇ 44 ਸਾਈਜ਼ ਤੱਕ ਪਿਆ ਆ ਜੀ। ਹਾਂਜੀ, ਸਾਈਜ਼ ਸਾਰੇ ਮਿਲ ਜਾਣਗੇ ਜੀ, ਕਸਟਮਾਈਜ਼ ਕਰਾਉਣਾ ਉਹ ਵੀ ਹੋ ਜਾਏਗਾ, ਉਹਦੇ ਵਾਸਤੇ ਵੀ ਫੈਬਰਿਕ ਤੁਹਾਨੂੰ ਦਿਖਾ ਦਿੰਦੇ ਹਾਂ। ਤੋ ਸਾਡੇ ਵੀਰ ਜਿਹੜੇ ਕਹਿੰਦੇ ਨੇ ਯਾਰ ਅਸੀਂ ਤਾਂ ਮੋਟੇ ਵਾਲੇ ਆ, ਸਾਡੇ ਸਾਈਜ਼ ਦਾ ਬਾਸਕਟ ਮਿਲਣੀ ਨਹੀਂ, ਤੋ ਬਹੁਤ ਬਹੁਤ ਫੈਬਰਿਕ ਵੱਡਾ ਲੈ ਲਈਏ, ਜਿਹੜਾ ਮਰਜ਼ੀ ਸਾਈਜ਼ ਬਣਵਾ ਲਓ ਜੀ, ਉਹ ਤਾਂ ਆਪਣੀ ਮੇਅਰਮੈਂਟ ਦੇ ਹਿਸਾਬ ਨਾਲ ਫਿਟਿੰਗ ਬਿਲਕੁਲ 00 ਆਏਗੀ ਜੀ। ਕੀ ਬਾਤ ਹੈ, ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਨੈੱਟ ਤੇ ਸਰਚ ਮਾਰਨ ਦੀ ਲੋੜ ਨਹੀਂ ਹੈਗੀ, ਸਿੱਧਾ ਆਪਣਾ ਬਾਈਕ ਚੱਕੋ ਤੇ ਸ਼ਿੰਗਾਰ ਰੋਡ ਤੇ ਮਿਠਾਸ ਫੈਸ਼ਨ ਵਰਲਡ ਆ ਜੀ ਥਾਨ ਸਿੰਘ ਚੌਂਕ ਕੋਲ। ਚੀਜ਼ਾਂ ਆਪੇ ਹੀ ਕਹਿਣਗੀਆਂ ਕਿ ਸਾਨੂੰ ਲੈ ਜਾਓ, ਕਿਉਂਕਿ ਆਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਤੁਹਾਡੇ 4 ਚੰਦ ਲਾ ਦਿੰਦੇ ਆ ਜੀ। ਤੋ ਜਿਹੜੇ ਆਪਣੇ ਕੋਲ ਕੋਟ ਪੈਂਟ ਹੈ ਜਸ਼ਨ ਪ੍ਰੀਤ ਜੀ, ਕਿਸ ਰੇਟ ਤੋਂ ਸਟਾਰਟਿੰਗ ਤੇ ਕਿਸ ਰੇਟ ਤੋਂ ਐਂਡ ਹੋ ਜਾਂਦੇ ਆ? ਕੋਟ ਪੈਂਟ ਜਿਹੜੇ ਉਹ 4000 ਦੀ ਰੇਂਜ ਤੋਂ ਕਹਿ ਲਓ ਤੁਹਾਨੂੰ
ਕਾਫੀ ਸਪੈਸ਼ਲ ਸਪੈਸ਼ਲ ਤੁਹਾਨੂੰ ਪੀਸ ਮਿਲ ਜਾਏਗਾ। 50,000 ਦੇ ਵਿੱਚ ਕਹਿੰਦਾ ਕਹਾਂਦਾ ਜਿਹੜਾ ਬਿਲਕੁਲ ਬਿਲਕੁਲ ਸ਼ੋਰੂਮ ਹੈ ਵਿੱਚ 50,000 ਦੇ ਮਿਲਦੇ ਆ। ਹਾਂਜੀ ਅੱਛਾ ਤੁਹਾਨੂੰ ਫੈਬਰਿਕ ਵੀ ਰੱਖਿਆ ਹੈ ਤੁਸੀਂ ਹੈਨਾ? ਹਾਂਜੀ ਹਾਂਜੀ ਬਿਲਕੁਲ ਇਹ ਫੈਬਰਿਕ ਮਤਲਬ ਕੀ ਹੈ ਜਰ ਕੀ ਜਿਹੜਾ ਕੋਈ ਸਾਡਾ ਵੀਰ ਕਹਿੰਦਾ ਮੈਂ ਮਨਪਸੰਦ ਦਾ ਸੋਨਾ ਹੋ ਜੂਗਾ ਇਹ? ਹਾਂਜੀ ਇਹ ਸਾਡੇ ਜਿਹੜੇ ਫੈਬਰਿਕ ਹੈਗੇ ਏਜੰਸੀ ਹੈ ਸਾਡੇ ਕੋਲ ਵਿਮਲ ਦੀ। ਵਿਮਲ ਹਾਂਜੀ ਹਾਂਜੀ ਨਾਮ ਆ ਜੇ ਤੇ ਵਿਮਲ ਦਾ ਨਾਮ ਬਚਾ ਜਾ। ਹਾਂਜੀ 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 ਏਜੰਸੀ ਆ ਕਹਿੰਦੇ ਜਿਹੜਾ ਤੁਸੀਂ ਕਹੋਗੇ ਜਿੱਦਾਂ ਸਾਡੇ ਕੋਲ ਵੀਰ ਆ ਗਿਆ ਕੋਈ ਕਹਿੰਦਾ ਯਾਰ ਮੈਨੂੰ ਉਹਨਾਂ 'ਚ ਕੋਈ ਕਲਰ ਨਹੀਂ ਪਸੰਦ ਆਇਆ ਤੋ ਇਹਦੇ ਵਿੱਚ ਕੋਈ ਕਲਰ ਪਸੰਦ ਆ ਗਿਆ ਤੋ ਉਹਨਾਂ ਨੇ ਸੋਹਣਾ ਕੋਟ ਪੈਂਟ ਤੋ ਕਿੰਨੇ ਦਿਨ ਦੇ ਵਿੱਚ ਤੁਸੀਂ ਬਣਵਾ ਕੇ ਦੇ ਦੋਗੇ ਕੋਟ ਪੈਂਟ ਜੀ? ਐਵਰੇਜ ਹੀ ਹਫਤਾ ਕੁ ਲੱਗਦਾ ਹੈ। ਹਫਤਾ ਕੁ ਲੱਗਦਾ ਹੈ ਨਾ ਤੁਹਾਡਾ ਪ੍ਰੋਪਰ 00 ਨਾਪ ਵਗੈਰਾ ਲੈ ਕੇ ਪ੍ਰੋਪਰ A to Z ਕਰ ਦੇਣਾ। ਹਾਂਜੀ ਕਹਿੰਦੇ ਨਾ ਯਾਰ ਸਾਨੂੰ ਰੈਡੀਮੇਡ ਪਸੰਦ ਨਹੀਂ ਆਂਦਾ ਸਾਈਜ਼ ਦੀ ਪ੍ਰੋਬਲਮ ਪੈ ਜਾਂਦੀ ਹੈ। 00 ਬਿਲਕੁਲ ਕੋਈ ਕਿਤੋਂ ਖੁੱਲਾ ਨਹੀਂ ਤੇ ਕੋਈ ਕਿਤੋਂ ਟਾਈਟ ਨਹੀਂ। ਅੱਬਲ ਦਾ ਜਿਹੜੇ ਸਾਡੇ ਰੈਡੀਮੇਡ ਵੀ ਹੋਊਗੇ ਨਾ ਸਾਰੇ ਆਪਣੇ ਹੀ ਪਿਆਰ ਕੀਤੇ ਹੋਏ ਆ। ਹਾਂਜੀ 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 ਜੇ ਬਾਈ ਚਾਂਸ ਰੈਡੀਮੇਡ ਤੁਹਾਨੂੰ ਪਸੰਦ ਆਇਆ ਨਾਲੋਂ ਨਾਲ ਆਪਾਂ ਫਿਟਿੰਗ ਕਰਕੇ ਤੁਹਾਨੂੰ ਪ੍ਰੋਪਰ ਕਰ ਦੇਣਾ। ਸਭ ਤੋਂ ਪਹਿਲਾਂ ਤਾਂ ਡਿਜ਼ਾਈਨ ਦੇਖੋ ਜੀ, ਮੈਂ ਤੁਹਾਨੂੰ ਦਿਖਾਉਣਾ ਜ਼ੂਮ ਕਰਕੇ ਦਿਖਾਉਣਾ ਇੱਕ ਜਿਹੜੀ ਆ ਦੇਖੋ ਜੀ ਕਲਰ ਦੇਖੋ ਬਾਕਮਾਲ ਏਦਾਂ ਦੇ ਕਲਰ ਆਉਣਗੇ ਤੁਸੀਂ ਹੈਰਾਨ ਰਹਿ ਜੂਗੇ। ਕੋਟ ਪੈਂਟ ਬਾਕੀ ਇਹ ਕੋਈ ਚੋੜੇ ਵੀ ਵਾਲਾ ਸਿਸਟਮ ਹੈ ਜਿਹੜਾ 1,500-2,000 ਚ ਕੱਪੜਾ ਮਿਲ ਜਾਂਦਾ ਤੇ ਨਾ 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 ਇਹ ਜਿਹੜੀਆਂ ਚੀਜ਼ਾਂ ਨੇ ਖਰੀਆਂ ਚੀਜ਼ਾਂ ਨੇ ਤੋ 3 ਪੀਸ ਵੀ ਮਿਲ ਜੂਗਾ 2 ਪੀਸ ਵੀ ਮਿਲ ਜੂ। ਰੈਂਟ ਦੇ ਵੀ ਦਿੰਦੇ ਹੋ ਜੀ? ਨਹੀਂ ਸਰ ਰੈਂਟ ਨਹੀਂ, ਰੈਂਟ ਦੇ ਨਹੀਂ ਪਰਚੇਜ਼ ਕਰਨਾ ਪੈਣਾ। ਜਿਹੜਾ 15-20,000 ਰੁਪਏ ਤੋਂ ਤੁਸੀਂ ਰੈਂਟ ਦਿੰਦੇ ਹੋ ਤੇ 15-20,000 ਰੁਪਏ ਤੁਹਾਨੂੰ ਕਹਿੰਦੀ ਕਹਾਂਦੀ ਚੀਜ਼ ਮਿਲ ਜਾਣੀ ਆ। ਨਾਲੇ ਭਾਜੀ ਆਪਣੀ ਚੀਜ਼ ਦੇ ਰੈਂਟ ਦਾ ਕੀ ਆ? ਆਪਣੀ ਚੀਜ਼ ਦਾ ਨਜ਼ਾਰਾ ਹੁੰਦਾ। ਬਿਲਕੁਲ ਜੀ ਬਿਲਕੁਲ, ਵਿਆਹ ਦੇ ਵਿੱਚ ਜਿੱਦਾਂ ਮਰਜ਼ੀ ਨੱਚੋ ਜਿੱਦਾਂ ਮਰਜ਼ੀ ਟੱਪੋ, ਕੱਲੇ ਟਰਾਊਜ਼ਰ ਵਗੈਰਾ ਵੀ ਹੈਗੇ ਆਪਣੇ ਕੋਲ। ਹਾਂਜੀ ਬਿਲਕੁਲ, ਟਰਾਊਜ਼ਰ ਵਗੈਰਾ ਵੀ ਮਿਲ ਜਾਣਗੇ। ਕਿਹੜੇ-ਕਿਹੜੇ ਰੰਗ ਦੇ ਵਿੱਚ ਤਾਂ ਤੋਂ ਅੱਜ ਦੀ ਵੀਡੀਓ ਖਾਸ ਵੀਰਾਂ ਵਾਸਤੇ, ਮੁੱਲਾਪੁਰ ਦਾਖਾਂ ਤੋਂ, ਮਰਿੰਡੇ ਤੋਂ, ਜਲੰਧਰ ਤੋਂ, ਚੰਡੀਗੜ੍ਹ ਤੋਂ, ਪਟਿਆਲੇ ਤੋਂ, ਮੋਗੇ ਤੋਂ, ਦਰਾਹੇ ਤੋਂ, ਕੋਈ ਐਸਾ ਸ਼ਹਿਰ ਨੀਗਾ ਜਿੱਥੋਂ ਇੱਥੇ ਨਾ ਆਉਂਦੇ ਹੋਣ ਜੀ। ਇਹ ਤਾਂ ਟਾਈਮ ਹੈਗਾ ਥੋੜ੍ਹਾ ਜਿਹਾ ਸਵੇਰ ਦਾ, ਤਾਂ ਕਰਕੇ ਨਹੀਂ ਤਾਂ ਦੁਪਹਿਰ ਤੋਂ ਬਾਅਦ ਇੱਥੇ ਮੇਲਾ ਲੱਗਾ ਹੁੰਦਾ ਜੀ। ਆਹ ਦੇਖੋ ਜੀ ਚੀਜ਼ਾਂ ਦੇਖੋ, ਟਰਾਊਜ਼ਰ ਮੈਂ ਜਿਹੜੇ ਵੀਰ ਸਾਡੇ ਜੀਨਾਂ ਨਹੀਂ ਨਾ ਪਾਉਂਦੇ ਸਟਾਈਲਿਸ਼ ਜਿਹੜੇ ਆ। ਆਹ ਦੇਖੋ ਜੀ ਜਿਹੜੇ ਰਾਇਲ ਫੈਮਿਲੀ ਦੇ ਹੁੰਦੇ ਉਹ ਕਹਿੰਦੇ ਜੀਨ ਨਹੀਂ ਪਾਉਣੀ, ਜਿਹੜੀ ਟਰਾਊਜ਼ਰ ਦੀ ਅਲੱਗ ਹੀ ਫਿਟਿੰਗ ਆਉਂਦੀ ਹੈ ਜੀ। ਬੂਟ ਕੱਟ ਕਲਰ ਦੇਖੋ, ਸਭ ਤੋਂ ਪਹਿਲਾਂ ਤਾਂ ਕਲਰ ਬੜੇ ਬਾਕਮਾਲ ਆ ਜੀ। ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆ। ਵਾਹ ਬਈ ਵਾਹ, ਮਜ਼ਾ ਆ ਗਿਆ। ਅੱਜ ਦੀ ਜਿਹੜੀ ਵੀਡੀਓ ਆ ਖਾਸ ਤੁਹਾਡੇ ਵਾਸਤੇ, ਸਾਰੇ ਸਟੈਂਡਰਡ ਕਲਰ, ਗ੍ਰੇ ਵਗੈਰਾ ਜਿੱਦਾਂ ਦੇ ਵੀ ਕਲਰ ਚਾਹੀਦੇ। ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਆ ਜੀ, ਵਾਹ ਕਮਾਲ। ਤੋ ਘੱਟੋ ਘੱਟ ਕਿੰਨੇ ਕਲਰ ਹੋਣਗੇ ਤੁਹਾਡੇ ਕੋਲ ਟਰਾਊਜ਼ਰ 'ਚ? 15-20 ਤਾਂ ਤੁਹਾਨੂੰ ਮਿਲ ਹੀ ਜਾਣਗੇ ਜੀ। ਹਾਂਜੀ ਟਰਾਊਜ਼ਰ ਵੀ ਸਾਡਾ ਵੀਰ ਜਿੱਦਾਂ ਕਹਿੰਦੇ ਅਸੀਂ ਸਵਾਣੇ ਆ। ਹਾਂਜੀ ਕਈ ਸਾਡੇ ਭਰਾ ਹੈਗੇ ਕਹਿੰਦੇ ਅਸੀਂ ਸਵਾਇਆ ਹੋਇਆ ਕੱਪੜਾ ਪਾਉਣਾ, ਉਹ ਵੀ ਟਰਾਊਜ਼ਰ ਵੀ ਹੋ ਜੂਗਾ ਜੀ? ਹਾਂ ਬਿਲਕੁਲ ਜੀ, ਟਰਾਊਜ਼ਰ 'ਚ ਕਿੰਨੀ ਸਿਲਾਈ ਲੈਂਦੇ ਹੋ ਤੁਸੀਂ? ਕੋਟ ਪੈਂਟ ਵੀ ਹੋ ਗਿਆ, ਸ਼ੇਰਵਾਨੀ ਵੀ ਹੋ ਗਈ, ਕੁੜਤਾ ਪੈਂਟ ਵੀ ਹੋ ਗਿਆ, ਤੇ ਹੁਣ ਆ ਗਿਆ ਨੰਬਰ ਟਾਈ ਦੇ ਉੱਤੇ ਜਿਹੜੀ ਕਿ ਸਾਡੇ ਕੋਟ ਪੈਂਟ ਨੂੰ ਖੂਬਸੂਰਤੀ ਲੈ ਕੇ ਜਾਂਦੀ ਹੈ ਜੀ। ਬਹੁਤ ਹੀ ਪਿਆਰੀ ਟਾਈ, ਮੇਨ ਗੱਲ ਕੀ ਆ ਪੈਕਿੰਗ ਦੇਖੋ ਕਿੰਨੀ ਸ਼ਾਨਦਾਰ ਆ ਭਾਈ। ਆ ਨਾਲ ਕੀ ਹੈ ਜੀ ਤੇ ਟਾਈ? ਇਹ ਪਾਕਟ ਸਕੇਅਰ ਹੁੰਦਾ ਜੀ, ਪਾਕਟ ਸਕੇਅਰ ਆ ਜੀ, ਕੋਨੇ ਜਾ ਬਣ ਕੇ ਲੱਗ ਜਾਂਦਾ। ਹਾਂਜੀ ਹਾਂਜੀ ਪਾਕਟ 'ਚ ਲੱਗਦਾ ਹੈ ਨਾ ਭਾਈ ਇਹ ਟਾਈ? ਪਾਕਟ ਸਕੇਅਰ ਇਹ ਜੀ ਟਾਈ ਆਪਣੇ ਕੋਲ 250 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ। ਇਹ 450 ਦਾ ਮਾਈਕਰੋ ਦਾ ਪੀਸ ਹੈ। ਅੱਛਾ ਜੀ, ਠੀਕ ਹੈ ਜੀ। ਪਲੇਨ 'ਚ 250 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਟਾਈ। ਟਾਈ ਆਪਣੇ ਕੋਲ ਹੈਗੇ ਘੱਟੋ ਘੱਟ 50 ਸੱਟ ਜਾਂਦਾ ਹੈਗੇ, ਮੈਂ ਦੇਖਿਆ ਬਹੁਤ ਮਿਲ ਜਾਂਦੇ ਨੇ ਬਹੁਤ। ਹਾਂਜੀ ਹਾਂਜੀ, ਹੁਣ ਤਾਂ ਹੋਲਸੇਲ ਪ੍ਰਾਈਸ ਦੀ ਆ ਜੀ ਸਿੰਗਲ। ਕਿੰਨੀ ਕੁ ਡਿਸਪਲੇ ਕਰ ਸਕਦੇ ਆਪਾਂ, ਬਹੁਤ ਵੈਰਾਈਟੀ ਇਹਨਾਂ 'ਚ, ਬਹੁਤ ਵੈਰਾਈਟੀ ਆ। ਤੇ ਇੱਕ ਆ ਦੇਖੋ ਟਾਈ ਦੇ ਵਿੱਚ ਹੀ ਬੜੇ ਖੂਬਸੂਰਤ ਚੀਜ਼ਾਂ, ਡਿਜ਼ਾਈਨਰ ਲੋ ਜੀ। ਆ ਦੇਖੋ ਜੀ 350-400 ਤੋਂ ਸ਼ੁਰੂ ਹੋ ਜਾਂਦੀ ਟਾਈ ਕਹਿੰਦੇ, ਬਹੁਤ ਹੀ ਪਿਆਰੀ ਆ। ਦੇਖੋ ਜੀ ਟਾਈ ਦਾ ਵੀ ਜਿਹੜਾ ਫੈਬਰਿਕ ਹੈ ਨਾ ਉਹ ਵੀ ਯਾਨੀ ਕਿ ਪੋਲਣ ਫੈਬਰਿਕ ਹੈ, ਇਹ ਨਹੀਂ ਕਿ ਵੀ ਜਿਹੜਾ ਮਰਜ਼ੀ ਕੱਪੜਾ। ਨਹੀਂ 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 ਨਹੀਂ, ਜਿਹੜੇ ਕੋਟ ਪੈਂਟ ਵਿੱਚ ਕੱਪੜਾ ਹੋਊਗਾ, ਫੈਬਰਿਕ ਜਿਹੜੇ ਹੋਊਗਾ, ਉਹੀ ਫੈਬਰਿਕ ਦੀ ਟਾਈ ਦੇਵਾਂਗੇ ਤੁਹਾਨੂੰ। ਆਹ ਦੇਖੋ ਜੀ ਲੋ ਜੀ ਸਾਰੇ ਸਾਰੇ ਟਰਬਨ ਸ਼ੇਡ ਹੈ ਜੀ। ਮੇਨ ਗੱਲ ਕੀ ਆ, ਜਿਹੜੇ ਵੀਰੇ ਹੋਣੀ ਨੇ ਨਾ ਇੱਥੇ ਬੜੇ ਮੇਨ ਭਾਜੀ ਨੇ, ਉਹ ਸਿਰਫ ਟਰਬਨ ਸ਼ੇਡ ਜ਼ਿਆਦਾ ਕਰਦੇ, ਕਹਿੰਦੇ ਜ਼ਿਆਦਾਤਰ ਸਰਦਾਰ ਫੈਮਿਲੀ ਇੱਥੇ ਉਹੀ ਆਉਂਦੇ, ਬਾਕੀ ਵੀਰਾਂ ਵਾਸਤੇ ਵੀ ਸਲੂਟ ਆ। ਬਾਕੀ ਵੀਰ ਵੀ ਯਾਨੀ ਕਿ ਟੌਰ ਪੂਰੀ ਨਿਕਲ ਸਕਦੀ ਆ। ਟਾਈ ਦੇ ਵਿੱਚ ਜਿਹੜਾ ਕਲਰ ਕਹੋਗੇ ਉਹੀ ਮਿਲੂਗਾ, ਪਾਕਟ ਸਕੇਅਰ ਲੱਗ ਤੋਂ ਹਰੇਕ ਟਾਈ ਦੇ ਨਾਲ ਮੈਚਿੰਗ ਆ ਜੀ। ਤੋ ਅੱਜ ਦੀ ਵੀਡੀਓ ਜਿਹੜੀ ਲੱਗੀ ਮੈਨੂੰ ਤਾਂ ਬੜੀ ਪਿਆਰੀ ਲੱਗੀ, ਨਜ਼ਾਰਾ ਆ ਜੂਗਾ। ਵਾਕਈ ਜੀ ਐਕਟਰਾਂ ਨਾਲੋਂ ਘੱਟ ਕੱਪੜੇ ਨਹੀਂ ਹੈਗੇ ਸਾਡੇ ਨਾਲ ਸੀਗੇ ਭਾਈ, ਨਾਮ ਦੱਸ ਦਿਓ ਕਰੀ ਆਪਣਾ। ਗੁਰਮੀਤ ਸਿੰਘ ਜੀ, ਗੁਰਮੀਤ ਸਿੰਘ ਜੀ ਦਾ ਫੱਟੇ ਚੱਕਦੇ ਆ ਜੀ। ਕੋਟ ਪੈਂਟ ਦੇ ਵਿੱਚ ਹਜ਼ਾਰਾਂ ਡਿਜ਼ਾਈਨ ਨੇ, ਆਪਣੇ ਘਰ ਦੇ ਟੇਲਰ ਬੈਠੇ ਆ ਜੀ। ਬਿਲਕੁਲ ਜੀ, ਬੜਾ ਮਜ਼ਾ ਆਇਆ ਤੋਂ ਅੱਜ ਦੀ ਵੀਡੀਓ, ਬਹੁਤ ਬਹੁਤ ਧੰਨਵਾਦ ਕਰਦੇ ਆ ਭਾਜੀ ਉਹਨਾਂ ਦਾ। ਸ਼ੁਕਰੀਆ ਵੀਰ ਜੀ, ਅਗਲੀ ਵਾਰੀ ਫੇਰ ਆਵਾਂਗੇ ਸੋਹਣੇ ਸੋਹਣੇ ਡਰੈਸਾਂ ਦੇ ਨਾਲ, ਸੋਹਣੇ ਸੋਹਣੇ ਡਿਜ਼ਾਈਨਾਂ ਦੇ ਨਾਲ ਮਿਲਦੇ ਆ ਫੇਰ ਅਗਲੀ ਵਾਰੀ। ਮੈਂ ਮਨਦੀਪ ਸਿੰਘ ਲੁਧਿਆਣਾ ਹੱਬ YouTube ਚੈਨਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।